ਦੇਣ ਨਹੀਂ ਆਇਆ। ਮੈਂ ਤਾਂ ਅੱਜ ਤੁਹਾਡੇ ਕੋਲੋਂ ਸੰਦੇਸ਼ਾ ਲੈ ਕੇ ਸਾਰੇ ਪੰਜਾਬ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਫੈਲਾਉਣ ਆਇਆ ਕਿ ਬਾਦਲਾਂ ਦਾ ਵਾਕਈ ਭੋਗ ਪੈ ਗਿਆ। ਮੈਂ ਤੇ ਮੇਰੇ ਸਾਥੀ ਤਕਰੀਬਨ 20 ਸਾਲ ਦੇ ਬਾਦਲਾਂ ਦੀ ਸੱਚਾਈ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਜਿੰਨੀ ਖੁਸ਼ੀ ਮੈਨੂੰ ਹੋਈ ਜਿਸ ਦਿਨ ਕਿ ਢੀਂਸਾ ਸਾਹਿਬ ਦੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਦਾ ਸਾਥ ਛੱਡਿਆ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਸੱਚਾਈ ਤਾਂ ਇਹ ਹੈ ਕਿ ਥੋੜ੍ਹਾ ਜਿਹਾ ਉਹਨਾਂ ਦੇ ਬਿਆਨ ਦੇ ਬਾਅਦ ਜਦੋਂ ਪਤਾ ਲੱਗਿਆ ਕਿ ਗੱਲ ਕੀ ਹੋਈ, ਮੈਂ ਘਬਰਾ ਵੀ ਗਿਆ। ਇਹਨਾਂ ਨੇ ਗੱਲ ਤਾਂ ਇੰਨੀ ਉਹ ਕੀਤੀ ਸੀ ਕਿ ਭਾਈ ਇਲੈਕਸ਼ਨ ਹਾਰ ਗਿਓ, ਪ੍ਰਧਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਪ੍ਰਧਾਨ ਆਪਣੀ ਕੁਰਸੀ ਛੱਡ ਦੇਵੇ ਤੇ ਬਾਦਲ ਸਾਹਿਬ ਨੂੰ ਦੇ ਦੇਵੇ। ਮੈਨੂੰ ਤਾਂ ਕੰਬਾ ਚੜ ਗਿਆ ਸੁਣ ਕੇ, ਮੈਨੂੰ ਡਰ ਹੋ ਗਿਆ ਕਿ ਇਹ ਪ੍ਰਕਾਸ਼ ਤਾਂ ਬੜਾ ਛਾਤਰ ਹੈ, ਇਹਨੇ ਮੁੰਡੇ ਨੂੰ ਪਾਸੇ ਕਰਕੇ ਆ ਪ੍ਰਧਾਨ ਬਣ ਜਾਣਾ, ਫਿਰ ਗੱਲ ਉੱਥੇ ਨਹੀਂ ਉੱਥੇ ਰਹਿ ਜਾਣੀ ਹੈ। ਲੇਕਿਨ ਰੱਬ ਦੇ ਵਿੱਚ ਵਿਸ਼ਵਾਸ ਹਰੇਕ ਇਨਸਾਨ ਨੂੰ ਕਰਨਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਕਹੇ ਕੋ ਕੰਮ ਹੋਇਆ, ਜੋ ਕੰਮ ਕਰਦਾ ਉਹ ਕਰਦਾ, ਮਨਜ਼ੂਰੇ ਖੁਦਾ ਹੁੰਦਾ ਜੋ ਹੁੰਦਾ। ਸੋ ਰੱਬ ਨੇ ਉਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੀ ਮਤ ਮਾਰ ਛੱਡੀ, ਨਹੀਂ ਤਾਂ ਉਹ ਖੇਡ ਖੇਡ ਪੈਂਦਾ, 3 ਮਹੀਨੇ ਰਹਿੰਦਾ ਫਿਰ ਮੁੰਡੇ ਨੂੰ ਫੜਾ ਦਿੰਦਾ। ਸੋ ਇਹ ਬਹੁਤ ਵਧੀਆ ਕੰਮ ਵਾਹਿਗੁਰੂ ਨੇ ਕੀਤਾ ਹੈ। ਔਰ ਤੁਸੀਂ ਸੰਗਰੂਰ ਵਾਲੇ ਹੁਣ ਜਿੰਨੇ ਇੱਥੇ ਆਏ ਹੋ, ਤੁਸੀਂ ਇਹ ਸੁਨੇਹਾ ਵੱਧ ਤੋਂ ਵੱਧ ਇਕੱਲੇ ਇਕੱਲੇ ਹੋਰ ਸਿੱਖਾਂ ਦੇ ਕੰਨਾਂ ਦੇ ਵਿੱਚ ਪਾਉਣ ਦੀ ਤੁਹਾਨੂੰ ਲੋੜ ਹੈ। ਤੁਹਾਡੀ ਡਿਊਟੀ ਅੱਜ ਮੁੱਕਰੀ ਨਹੀਂ, ਅੱਜ ਸ਼ੁਰੂ ਹੋਈ ਹੈ। ਤੁਸੀਂ ਜਿੰਨੇ ਚਿਰ ਤੱਕ ਇਹ ਗੁਰਦੁਆਰੇ ਬਾਦਲਾਂ ਦੇ ਘਰਾਂ ਤੋਂ ਆਜ਼ਾਦ ਨਹੀਂ ਕਰਦੇ, ਤੁਸੀਂ ਸਾਹ ਨਹੀਂ ਲੈਣਾ। ਇਸ ਤਰ੍ਹਾਂ ਤੁਸੀਂ ਪਰਨ ਕਰੋ, ਅੱਜ ਮੇਰੇ ਕੋਲ ਇਸ ਗੱਲ ਤੋਂ ਵੀ ਨਹੀਂ ਰਿਹਾ ਜਾਣਾ ਕਿ ਮੈਂ ਥੋੜੀ ਜਿਹੀ ਗੱਲ ਆਪਣੇ ਭਰਾ ਆਪਣੇ ਮਿੱਤਰ ਸਰਦਾਰ ਸੁਖਦੇਵ ਸਿੰਘ ਜਵਾਨੀ ਨਾਲ ਕਰਾਂ। ਪਹਿਲੀ ਵਾਰੀ ਜਦੋਂ ਇਹ ਸਿਆਸਤ ਦੇ ਨੇੜੇ ਤੇੜੇ ਆਉਂਦੇ ਆ, ਉਦੋਂ ਬੀਬੀ ਨਗਰੇਵ ਕੌਰ ਆਪਣੇ ਸਹੁਰਾ ਸਾਹਿਬ ਸਰਦਾਰ ਭਾਰਤੀ ਰਣਜੀਤ ਸਿੰਘ ਹੋਣਾ ਦੇ ਖਿਲਾਫ਼ ਜਿਹੜੇ ਅਗੋਈ ਤੋਂ ਸੀ, ਉਹਨਾਂ ਦੇ ਖਿਲਾਫ਼ ਲੋਕ ਸਭਾ ਦੇ ਵਿੱਚ ਖੜ ਜਾਂਦੇ ਤੇ ਭਰਾ ਮੇਰੇ ਸਰਦਾਰ ਸੁਖਦੇਵ ਸਿੰਘ ਢੀਂਸਾ ਬੀਬੀ ਨਗਰੇਵ ਕੌਰ ਦੀ ਜੀਪ ਉਸ ਇਲੈਕਸ਼ਨ ਵਿੱਚ ਚਲਾਉਂਦੇ ਰਹੇ। ਉਸਦੇ ਮਗਰੋਂ ਮੈਂ ਇਹ ਗੱਲ ਵੀ ਨਹੀਂ ਭੁੱਲ ਸਕਦਾ ਇੱਥੇ ਆ ਕੇ ਕਿ ਸਾਡੇ ਮਿੱਤਰ ਜ਼ੈਲਦਾਰ ਸੰਤ ਸਿੰਘ ਹੋਣੀ ਧੂਰੀ ਵਾਲੇ, ਉਹਨਾਂ ਨੇ ਕੀ ਰੋਲ ਅਦਾ ਕੀਤਾ ਢੀਂਸਾ ਸਾਹਿਬ ਦੀ ਸਿਆਸੀ ਜ਼ਿੰਦਗੀ ਦੇ ਵਿੱਚ ਤੇ ਸਾਡੀ ਜ਼ਿੰਦਗੀ ਦੇ ਵਿੱਚ, ਉਹ ਵੀ ਬੇਮਿਸਾਲ ਹੈ। ਅੱਜ ਉਹਨਾਂ ਨੂੰ ਵੀ ਅਸੀਂ ਸਲਾਮ ਕਰਦੇ ਹਾਂ। ਸੋ ਉਸ ਸਮੇਂ ਤੋਂ ਸ਼ੁਰੂ ਹੋ ਕੇ ਸੰਤ ਹਰਚੰਦ ਸਿੰਘ ਦੇ ਨਾਲ ਜਿਹੜੀ ਸਾਡੀ ਵਾਟ ਲੱਗੀ, ਦੇਖੋ ਬਾਦਲ ਸਾਹਿਬ ਕਈ ਵਾਰੀ ਗੱਲ ਕਰ ਲੈਂਦੇ ਨੇ ਕਿ ਭਾਈ ਪਾਰਟੀ ਨੂੰ ਲੋਇਲ ਰਹਿਣਾ ਚਾਹੀਦਾ, ਪਾਰਟੀ ਦੇ ਨਾਲ ਰਹਿਣਾ ਚਾਹੀਦਾ। ਤੁਸੀਂ ਯਾਦ ਕਰੋ ਜਿਹੜੇ ਅਕਾਲੀ ਹੈਗੇ ਹੋ ਕਿ ਕੋਈ ਵੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ ਜਿਹਦੀ ਮੁਖਾਲਫਤ ਬਾਦਲ ਨੇ ਨਹੀਂ ਕੀਤੀ, ਸ਼ੁਰੂ ਕਰੋ ਮਾਸਟਰ ਤਾਰਾ ਸਿੰਘ ਤੋਂ, ਉਹਦੇ ਬਾਅਦ ਸੰਤ ਫਤਿਹ ਸਿੰਘ ਤੋਂ, ਉਹਦੇ ਬਾਅਦ ਜਥੇਦਾਰ ਮੋਹਨ ਸਿੰਘ ਧੁਰ ਤੋਂ, ਉਹਦੇ ਬਾਅਦ ਜਥੇਦਾਰ ਜਗਦੇਵ ਸਿੰਘ ਤੋਂ, ਉਹਦੇ ਬਾਅਦ ਸੰਤ ਹਰਚੰਦ ਸਿੰਘ ਤੋਂ, ਉਹਦੇ ਬਾਅਦ ਬਰਨਾਲੇ ਤੋਂ ਬਰਨਾਲਾ ਸਾਹਿਬ ਸੁਰਜੀਤ ਸਿੰਘ ਤੋਂ, ਔਰ ਉਹਦੇ ਬਾਅਦ ਨੱਠ ਕੇ ਜਾ ਕੇ ਉਹਨੂੰ ਬਣਾ ਲਿਆ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ।
ਉਹ ਵੀ ਢਾਈ ਦਿਨ ਚੱਲੀ। ਉਹਦੇ ਬਾਅਦ ਬਾਬਾ ਜਤਿੰਦਰ ਸਿੰਘ ਨਾਲ ਦੇ ਨਾਲ ਰਲ ਗਏ। ਜਿੰਨੇ ਚਿਰ ਤੱਕ ਪ੍ਰਕਾਸ਼ ਆਪ ਪ੍ਰਧਾਨ ਨਹੀਂ ਬਣਿਆ, ਇਹਨੇ ਪ੍ਰਧਾਨਗੀ ਨਹੀਂ ਛੱਡੀ। ਚਲੋ ਉਹ ਵੀ ਤੁਸੀਂ ਮਨਜ਼ੂਰ ਕਰ ਲਈ, ਅਸੀਂ ਮਨਜ਼ੂਰ ਕਰ ਲਈ। ਸਵਾਲ ਤਾਂ ਤਾਂ ਆਉਂਦਾ ਕਿ ਜਦੋਂ ਆਪ ਛੱਡਣਾ ਚਾਹੁੰਦਾ ਸੀ ਤੇ ਸਮੂਹ ਸਿੱਖ ਜਗਤ ਚੋਂ ਜਿਹੜਾ ਸਭ ਤੋਂ ਕਾਬਿਲ ਬੰਦਾ ਸੀ ਉਹਨੂੰ ਆਪਣੇ ਥਾਂ ਬਿਠਾਉਂਦਾ, ਕੀ ਬਿਠਾਇਆ? ਜਿਹੜੇ ਬੰਦੇ ਦੀ ਜਲੂਸ ਤੁਸੀਂ ਅੱਜ ਕੱਢ ਰਹੇ ਹੋ, ਸੁਖਬੀਰ ਚੁਣ ਕੇ ਉਸੇ ਨੂੰ ਬਣਾਇਆ। ਸੁਖਦੇਵ ਸਿੰਘ ਕਿਸਾ ਨਜ਼ਰ ਨਹੀਂ ਆਇਆ, ਰਣਜੀਤ ਸਿੰਘ ਬ੍ਰਹਮਪੁਰਾ ਨਜ਼ਰ ਨਹੀਂ ਆਇਆ, ਹੋਰ ਕੋਈ ਨਜ਼ਰ ਨਹੀਂ ਆਇਆ, ਕੇਵਲ ਤੇ ਕੇਵਲ ਆਪਣਾ ਪੁੱਤ ਜਿਹਨੂੰ ਵਾਕਿਆ ਹੀ ਆਪਾਂ ਜਬਾਨੀਆਂ ਲਿਖੀਆਂ ਨੇ ਤੇ ਨਾ ਕਿਸੇ ਸਿੱਖ ਕਵਿਤਾ ਲਿਖਣ ਵਾਲੇ ਕਿਤਾਬਾਂ ਦਾ ਉਹਨੂੰ ਪਤਾ ਹੈ, ਵਾਕਿਆ ਨਹੀਂ ਪਤਾ। ਸਿੱਖੀ ਦਾ ਬਹੁਤ ਬਹੁਤ ਕਸ਼ਟ ਹੁੰਦਾ, ਉਹ ਤਾਂ ਕੇਵਲ ਮੌਜ ਮੇਲੇ ਦਾ ਮੁੰਡਾ ਹੈ, ਸਾਡਾ ਹੀ ਮੁੰਡਾ, ਸਾਡੇ ਘਰੇ ਪਲਿਆ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਇਸ ਗੰਦਗੀ ਦੇ ਵਿੱਚੋਂ ਜੇ ਵਾਹਿਗੁਰੂ ਜੀ ਸਾਥ ਲੈ ਕੇ ਆਪਾਂ ਅਕਾਲੀ ਦਲ ਤੋਂ ਔਰ ਗੁਰਦੁਆਰਿਆਂ ਤੋਂ ਇਹ ਬਾਦਲਾਂ ਨੂੰ ਕੱਢ ਦੇਵਾਂਗੇ ਤਾਂ ਬਹੁਤ ਵੱਡੀ ਜਿੱਤ ਅੱਜ ਢੀਂਸਾ ਪਰਿਵਾਰ ਦੀ ਹੋਏਗੀ। ਬਹੁਤ ਬਹੁਤ ਧੰਨਵਾਦ।